ਹਾਏ ਰੱਬਾ, ਕੀ ਕਰਾਂ, ਚੈਨ ਤਾਂ ਮੈਨੂੰ ਕਿਤੇ ਨਹੀਂ ਲੱਭੀ ਅਤੇ ਜੇ ਮੰਮੀ ਨੇ ਮੈਨੂੰ ਚੈਨ ਬਾਰੇ ਪੁੱਛ ਲਿਆ ਤਾਂ ਮੈਂ ਉਹਨਾਂ ਨੂੰ ਕੀ ਕਹਾਂਗੀ। ਮੈਂ ਤਾਂ ਘਰ ਦਾ ਕੋਨਾ ਕੋਨਾ ਫੋਲ ਲਿਆ ਵਾ, ਤਾਂ ਵੀ ਮੈਨੂੰ ਕਿਤੇ ਚੈਨ ਨਹੀਂ ਲੱਭੀ। ਨਹੀਂ ਕੀ ਗੱਲ, ਤੂੰ ਅਜੇ ਤਿਆਰ ਨਹੀਂ ਹੋਈ, ਇੱਦਾਂ ਹੀ ਤੁਰੀ ਫਿਰਨ ਡਈ ਆ। ਕੰਮ ਤਾਂ ਆਣ ਕੇ ਵੀ ਹੋ ਜਾਣਗੇ। ਮੈਨੂੰ ਲੱਗਦਾ ਜਿੰਨੇ ਚਿਰ ਨੂੰ ਅਸੀਂ ਗੁਆਂਢੀਆਂ ਦੇ ਘਰ ਜਾਣਾ ਨਾ ਪਾਠ ਦੇ ਭੋਗ 'ਤੇ, ਉਨੇ ਚਿਰ ਨੂੰ ਤਾਂ ਪਾਠ ਦਾ ਭੋਗ ਵੀ ਪੈ ਜਾਣਾ ਆ। ਬਸ ਮੰਮੀ, ਹੋਣ ਲੱਗੀ ਹੈ ਤਿਆਰ। ਠੀਕ ਆ, ਅਤੇ ਮਾੜਾ ਮੋਟਾ ਚੱਜ ਨਾਲ ਤਿਆਰ ਹੋ ਜਾਈ, ਉੱਥੇ ਤੇਰੀਆਂ ਚਾਚੀਆਂ ਤਾਈਆਂ ਵੀ ਆਈਆਂ ਹੋਣੀਆਂ ਨੇ, ਅਤੇ ਉਹਨਾਂ ਦੇ ਸਾਹਮਣੇ ਮੇਰੀ ਕਿਤੇ ਬੇਇੱਜ਼ਤੀ ਨਾ ਕਰਾ ਦੀ। ਠੀਕ ਹੈ ਮੰਮੀ ਜੀ। ਕੀ ਗੱਲ ਕਿਰਨ, ਤੂੰ ਅਜੇ ਤੱਕ ਤਿਆਰ ਕਾਹਤੋਂ ਨਹੀਂ ਹੋਈ? ਜਾਣਾ ਨਹੀਂ ਵਿਆਹ ਵਾਲਿਆਂ ਦੇ ਘਰ, ਨਾਲੇ ਮੈਨੂੰ ਇੰਨੀ ਪਰੇਸ਼ਾਨ 'ਚ ਕਾਹਤੋਂ ਲੱਗਣ ਡਈ ਆ? ਨਾ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ, ਪਰ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਿੱਦਾਂ ਕਰਾਂ, ਡਰ ਜਿਹਾ ਲੱਗਣ ਡਿਆ ਵਾ। ਦੱਸ, ਡਰਨ ਵਾਲੀ ਕਿਹੜੀ ਗੱਲ ਆ, ਗੱਲ ਕਰ, ਤੂੰ ਕਿਹੜੀ ਕਰਨੀ ਆ? ਨਵ, ਮੈਂ ਨਾ ਸੋਨੇ ਦੀ ਚੈਨ ਰੱਖ ਕੇ ਕਿਤੇ ਭੁੱਲ ਗਈ ਹਾਂ, ਅਤੇ ਹੁਣ ਮੈਨੂੰ ਚੇਤਾ ਨਹੀਂ ਆਉਣ ਡਿਆ, ਅਤੇ ਮੰਮੀ ਨੇ ਅੱਗੇ ਵੀ ਮੈਨੂੰ 2-3 ਵਾਰੀ ਪੁੱਛਿਆ ਵਾ ਕਿ ਤੂੰ ਚੈਨ ਸਾਂਭ ਕੇ ਰੱਖ ਲਈ ਹੈ ਨਾ, ਅਤੇ ਜੇ ਹੁਣ ਮੈਂ ਵਿਆਹ ਵਾਲਿਆਂ ਦੇ ਘਰ ਗਈ ਅਤੇ ਮੰਮੀ ਨੇ ਮੇਰੇ ਗਲੇ 'ਚ ਚੈਨ ਪਾਈ ਨਾ ਵੇਖੀ, ਫਿਰ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿ ਘਰ 'ਚ ਕਿੱਦਾਂ ਦਾ ਮਾਹੌਲ ਬਣਨਾ ਵਾ। ਕਿਰਨ, ਮਾਹੌਲ ਕਿੱਦਾਂ ਦਾ ਬਣਨਾ ਆ, ਘਰ ਦੇ ਵਿੱਚ ਕਲੇਸ਼ ਪਏਗਾ, ਫਿਰ ਹੋਰ ਕੀ ਹੋਣਾ ਆ? ਯਾਰ, ਤੂੰ ਐਡੀ ਲਾਪਰਵਾਹੀ ਵੱਡੀ ਕਿੱਦਾਂ ਕਰ ਸਕਦੀ ਆ, ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ, ਤੂੰ ਕਿੱਥੇ ਰੱਖ ਕੇ ਭੁੱਲ ਗਈਆਂ ਚੈਨੇ? ਨਵ, ਉਹੀ ਤਾਂ ਮੈਨੂੰ ਯਾਦ ਨਹੀਂ ਆਉਣ ਡਿਆ ਕਿ ਮੈਂ ਕਿੱਥੇ ਰੱਖ ਕੇ ਭੁੱਲ ਚੁੱਕੀ ਹਾਂ। ਪਹਿਲਾਂ ਤਾਂ ਇੱਦਾਂ ਦਾ ਕਦੇ ਕੁਝ ਨਹੀਂ ਹੋਇਆ, ਹੁਣ ਤਾਂ ਮੈਨੂੰ ਮੰਮੀ ਦੇ ਸਾਹਮਣੇ ਜਾਂਦਿਆਂ ਵੀ ਡਰ ਲੱਗਣ ਡਿਆ ਵਾ। ਕੋਈ ਗੱਲ ਨਹੀਂ ਕਿਰਨ, ਬਹੁਤੀ ਟੈਨਸ਼ਨ ਨਾ ਲੈ, ਇੱਦਾਂ ਕਰ, 10 ਮਿੰਟ ਠੰਡੇ ਦਿਮਾਗ ਨਾਲ ਸੋਚ ਵੀ ਆਖਰੀ ਵਾਰ ਤੂੰ ਉਸ ਚੈਨੀ ਨੂੰ ਕਦੋਂ ਅਤੇ ਕਿੱਥੇ ਵੇਖਿਆ ਸੀ। ਨਵ, ਆਖਰੀ ਵਾਰ? ਚੱਲ ਫਿਰ ਭੈਣੇ ਚੱਲੀਏ, ਆਪਾਂ, ਟਾਈਮ ਬੜਾ ਹੋ ਗਿਆ ਆ। ਚੱਲ ਵੀਰ। ਨਹੀਂ, ਮੋਟਰਸਾਈਕਲ 'ਤੇ ਜਾਣਾ ਆ, ਗੱਲ 'ਤੇ ਕੰਨ ਢੱਕ ਕੇ ਜਾਈ, ਲੁੱਟਾਂ ਖੋਹਾਂ ਅੱਜ ਕੱਲ੍ਹ ਬੜੀਆਂ ਹੁੰਦੀਆਂ ਆ। ਠੀਕ ਹੈ ਮੰਮੀ ਜੀ। ਕਿਰਨ, ਇੱਦਾਂ ਕਰ, ਤੂੰ ਮੰਮੀ ਸਹੀ ਕਹਿਣ ਡੇ ਆ, ਤੂੰ ਨਾ ਚੈਨੀ ਨੂੰ ਲਾ ਕੇ ਜਾਂ ਤਾਂ ਆਪਣੇ ਪਰਸ ਦੇ ਵਿੱਚ ਪਾਲਾ, ਜਾਂ ਫਿਰ ਵਿੱਕੇ ਨੂੰ ਫੜਾ ਦੇ, ਉਹ ਆਪੇ ਆਪਣੀ ਜੇਬ 'ਚ ਪਾ ਲੈਂਦਾ ਆ, ਅਤੇ ਉੱਥੇ ਘਰ ਜਾ ਕੇ ਲੈ ਲਈ ਤੂੰ। ਚਲੋ ਠੀਕ ਹੈ ਨਾ। ਆਹੋ। ਆਲਾ ਫੜ ਵੀਰ ਚੈਨੀ, ਅਤੇ ਇਹਨੂੰ ਤੂੰ ਆਪਣੀ ਜੇਬ 'ਚ ਪਾ ਲਾ, ਅਤੇ ਮੈਂ ਘਰ ਜਾ ਕੇ ਤੇਰੇ ਕੋਲ ਲੈ ਲਾਂਗੀ। ਠੀਕ ਹੈ ਭੈਣ, ਅਤੇ ਚੱਲ ਫਿਰ ਹੁਣ ਆਪਾਂ ਚੱਲੀਏ। ਚੱਲ ਠੀਕ ਹੈ। ਆਹ ਗੱਲ ਹੈ ਨਵ, ਆਖਰੀ ਵਾਰੀ ਚੈਨੀ ਨੂੰ ਮੈਂ ਉਦੋਂ ਹੀ ਵੇਖਿਆ ਸੀ। ਅੱਛਾ। ਨਹੀਂ, ਕਮਰੇ 'ਚੋਂ ਬਾਹਰ ਨਿਕਲੇਗੀ ਕਿ ਨਹੀਂ, ਕਿ ਜਾਂ ਤੈਨੂੰ ਮੈਂ ਹੀ ਲੈਣ ਆਵਾਂ ਅਤੇ ਫਿਰ ਹੀ ਤੂੰ ਕਮਰੇ 'ਚੋਂ ਬਾਹਰ ਨਿਕਲੇਗੀ? ਪਤਾ ਨਹੀਂ ਸਾਰਾ ਦਿਨ ਕੀ ਕਰਦੀ ਰਹਿੰਦੀ ਆ, ਇਹਨੂੰ ਕੋਈ ਵੀ ਕੰਮ ਕਹਿ ਕੇ ਵੇਖ ਲਓ, ਇਹਨੇ ਕਦੀ ਵੀ ਕੋਈ ਕੰਮ ਟਾਈਮ ਸਿਰ ਨਹੀਂ ਕੀਤਾ। ਚੱਲ ਜਾ ਕਿਰਨ, ਪਹਿਲਾਂ ਤੂੰ ਤਿਆਰ ਹੋ ਅਤੇ ਵਿਆਹ ਵਾਲੇ ਘਰੋਂ ਹੋ ਗਿਆ ਉਹ, ਚੈਨੀ ਬਾਰੇ ਗੱਲ ਆਪਾਂ ਬਾਅਦ 'ਚੋਂ ਕਰਾਂਗੇ। ਚਲੋ ਠੀਕ ਹੈ ਨਾ। ਆਹੋ। ਨਹੀਂ, ਕਦੇ ਤਾਂ ਟਾਈਮ ਨਾਲ ਤਿਆਰ ਹੋ ਜਾਇਆ ਕਰ, ਜਦੋਂ ਵੀ ਕਿਤੇ ਜਾਣਾ ਹੁੰਦਾ ਨਾ, ਤੂੰ ਕਦੇ ਟਾਈਮ ਨਾਲ ਤਿਆਰ ਨਹੀਂ ਹੁੰਦੀ। ਮੰਮੀ ਜੀ, ਤਿਆਰ ਹੈ ਮੈਂ, ਚਲੋ ਚੱਲੀਏ ਆਪਾਂ। ਨਹੀਂ, ਚੱਲ ਤਾਂ ਜਾਂਦੇ ਹਾਂ, ਅਤੇ ਗੱਲ 'ਚ ਤਾਂ ਕੁਝ ਪਾ ਲਾ, ਕਿ ਜਾਂ ਸੁਣਨਾ ਹੀ ਲੈ ਕੇ ਜਾਏਂਗੀ। ਮੰਮੀ ਜੀ, ਮੈਂ ਚੈਨੀ ਪਾਉਣ ਲੱਗੀ ਹਾਂ, ਪਰ ਮੈਨੂੰ ਲੱਭੀ ਨਹੀਂ, ਪਤਾ ਨਹੀਂ ਮੈਂ ਕਿੱਥੇ ਰੱਖ ਕੇ ਭੁੱਲ ਗਈ ਹਾਂ। ਕੋਈ ਗੱਲ ਨਹੀਂ, ਉਹਨੂੰ ਮੈਂ ਆਣ ਕੇ ਲੱਭ ਲਾਂਗੀ, ਹੁਣ ਆਪਾਂ ਚਲੋ ਚੱਲੀਏ, ਲੇਟ ਹੋਣ ਡਏ ਹਾਂ। ਨਹੀਂ, ਤੈਨੂੰ ਮੈਂ 3-4 ਵਾਰ ਪੁੱਛਿਆ ਸੀ ਵੀ ਤੂੰ ਚੈਨੀ ਸਾਂਭ ਕੇ ਰੱਖ ਲਈ ਆ, ਅਤੇ ਤੂੰ ਆਖਿਆ ਸੀ ਹਾਂ ਮੈਂ ਸਾਂਭ ਕੇ ਰੱਖ ਲਈ ਆ, ਅਤੇ ਜੇ ਤੂੰ ਸਾਂਭ ਕੇ ਰੱਖੀ ਸੀ ਤਾਂ ਫਿਰ ਤੈਨੂੰ ਹੁਣ ਲੱਭਣ ਕਿਉਂ ਨਹੀਂ ਡਈ? ਮੰਮੀ, ਮੈਂ ਤਾਂ ਸਾਂਭ ਕੇ ਰੱਖੀ ਸੀ, ਪਰ ਪਤਾ ਨਹੀਂ ਹੁਣ ਮੈਨੂੰ ਕਾਹਲੀ ਕਾਹਲੀ ਵਿੱਚ ਲੱਭਣ ਕਿਉਂ ਨਹੀਂ ਡਈ? ਉਹ ਕੋਈ ਗੱਲ ਨਹੀਂ ਮੰਮੀ ਜੀ, ਜਿੱਦਾਂ ਤੁਸੀਂ ਚੱਲੀਆਂ ਜਾਣਾ, ਪਹਿਲਾਂ ਉਧਰੋਂ ਜਾ ਕੇ ਆਓ, ਚੈਨੀ ਆਪੇ ਬਾਅਦ 'ਚੋਂ ਆਣ ਕੇ ਲੱਭ ਜੂਗੀ। ਵੇ, ਕਿਉਂ, ਕੋਈ ਗੱਲ ਨਹੀਂ ਆ, ਅੱਜ ਕੱਲ੍ਹ ਤਾਂ ਬੰਦੇ ਨੂੰ ਸੋਨੇ ਦਾ ਰੇਟ ਸੁਣ ਕੇ ਹੀ ਗਸ਼ ਪੈ ਜਾਂਦੀ ਆ, ਤੂੰ ਇਹਨੂੰ ਕਹਿ ਪਹਿਲਾਂ ਚੈਨੀ ਲੱਭੇ, ਜੇ ਚੈਨੀ ਲੱਭੇਗੀ ਤਾਂ ਮੈਂ ਜਾਣਾ ਆ, ਨਹੀਂ ਤਾਂ ਮੈਂ ਨਹੀਂ ਕਿਤੇ ਜਾਣਾ। ਕਿਰਨ, ਇੱਦਾਂ ਕਰ, ਜੇ ਮੰਮੀ ਕਹਿਣ ਡੇ ਆ ਨਾ,
ਤੇ ਅਲਮਾਰੀ ਤੂੰ ਇੱਕ ਵਾਰ ਫਿਰ ਵੇਖ ਲਾ, ਕੀ ਪਤਾ ਕਿਤੇ ਨੇੜੇ ਤੇੜੇ ਪਈ ਹੋਏ ਤੇ ਆਪੇ ਲੱਭ ਹੀ ਜਾਏ। ਨਵ, ਮੈਂ 5-7 ਵਾਰ ਅਲਮਾਰੀ ਫੋਲ ਚੁੱਕੀ ਹਾਂ, ਬੈੱਡ ਵੀ ਫੋਲ ਲਿਆ ਵਾ, ਮੈਨੂੰ ਚੈਨ ਕਿਤੇ ਵੀ ਨਹੀਂ ਲੱਭੀ, ਹੁਣ ਵਾਰ ਵਾਰ ਫੋਲਾ ਫਲਾਈ ਕਰਨ ਦਾ ਕੀ ਫਾਇਦਾ ਵਾ? ਨਹੀਂ ਜੇ ਚੈਨੀ ਇਸ ਘਰ ਵਿੱਚ ਹੋਏਗੀ ਤੇ ਫਿਰ ਹੀ ਲੱਭੇਗੀ ਨਾ। ਕੀ ਮਤਲਬ ਮੰਮੀ ਜੀ ਤੁਹਾਡਾ? ਨਹੀਂ ਮਤਲਬ ਮੇਰਾ ਇਹ ਵੀ ਜਦੋਂ ਤੂੰ ਆਪਣੇ ਪੇਕੇ ਗਈ ਹੈ ਨਾ, ਕੀ ਪਤਾ ਤੂੰ ਉੱਥੇ ਚੈਨੀ ਆਪਣੇ ਭਰਾ ਨੂੰ ਨਹੀਂ ਖਵਾਈ। ਉਹ ਮੰਮੀ ਕੀ ਕਹੀ ਜਾਂਦੇ ਜੇ ਤੁਸੀਂ, ਕਿਰਨ ਚੈਨੀ ਆਪਣੇ ਭਰਾ ਨੂੰ ਕਾਹਤੋਂ ਖਵਾ ਕੇ ਆਊਗੀ? ਵੇ ਚੇਤਾ ਕਰ ਭੋਲਿਆ ਪੰਛੀਆ, ਜਦੋਂ ਇਹਨੂੰ ਇਹਦਾ ਭਰਾ ਲੈਣ ਆਇਆ ਸੀ ਨਾ, ਉਦੋਂ ਇਹਨੇ ਸਾਰਿਆਂ ਦੇ ਸਾਹਮਣੇ ਚੈਨੀ ਉਹਨੂੰ ਫੜਾਈ ਸੀ ਤੇ ਉਹਨੇ ਆਪਣੀ ਜੇਬ 'ਚ ਪਾਈ ਸੀ ਤੇ 2 ਮਹੀਨੇ ਹੋ ਗਏ ਇਹਨੂੰ ਆਈ ਨੂੰ ਤੇ ਚੈਨੀ ਨਹੀਂ ਅਜੇ ਤੱਕ ਲੱਭੀ। ਮੈਨੂੰ ਤਾਂ ਲੱਗਦਾ ਚੈਨੀ ਇਹ ਆਪਣੇ ਭਰਾ ਨੂੰ ਖਵਾਈ ਆ। ਬਸ ਕਰ ਜਾਓ ਮੰਮੀ ਜੀ, ਤੁਸੀਂ ਮੇਰੇ ਪੇਕਿਆਂ ਨੂੰ ਐਵੇਂ ਨਾ ਬੋਲੀ ਜਾਓ, ਮੇਰੇ ਭਰਾ ਨੇ ਚੈਨੀ ਕੀ ਕਰਨੀ ਸੀ ਭਲਾ? ਨਹੀਂ ਇਹਨਾਂ ਗੱਲਾਂ ਦਾ ਮੈਨੂੰ ਨਹੀਂ ਪਤਾ, ਮੈਨੂੰ ਤਾਂ ਬਸ ਇੰਨਾ ਪਤਾ ਆ ਵੀ ਸਾਡੇ ਘਰ ਦੀ ਚੈਨ ਨਹੀਂ ਲੱਭਣ ਡਈ। ਤੂੰ ਆਪਣੇ ਭਰਾ ਨੂੰ ਕਹਿ ਵੀ ਜਾਂ ਤਾਂ ਸਾਡੀ ਚੈਨ ਦੇ ਕੇ ਜਾਵੇ ਤੇ ਜਾਂ ਤੈਨੂੰ ਵੀ ਲੈ ਜੇ। ਅੱਜ ਤੇ ਤੂੰ ਚੈਨ ਆਪਣੇ ਪੇਕਿਆਂ ਨੂੰ ਫੜਾ ਕੇ ਆਈ ਆ ਤੇ ਕੱਲ ਨੂੰ ਤੇਰਾ ਕੀ ਪਤਾ ਤੂੰ ਕੀ ਕੁਝ ਫੜਾ ਕੇ ਆਉਣਾ ਉਹਨਾਂ ਨੂੰ। ਉਹ ਮੰਮੀ ਜੀ ਐਵੇਂ ਕਾਹਤੋਂ ਕਿਰਨ ਦੇ ਪੇਕਿਆਂ ਦੇ ਚੋਰੀ ਦਾ ਇਲਜ਼ਾਮ ਲਾਈ ਜਾਂਦੇ ਜੇ? ਜੇ ਚੈਨ ਘਰ ਦੇ ਵਿੱਚ ਨਹੀਂ ਲੱਭਣ ਡਈ ਤੇ ਤੁਸੀਂ ਇਦਾਂ ਕਰੋ, ਕਿਰਨ ਦੇ ਪੇਕਿਆਂ ਨੂੰ ਫੋਨ ਕਰਕੇ ਪੁੱਛ ਲਓ, ਹੋ ਸਕਦਾ ਜਦੋਂ ਇਹ ਆਪਣੇ ਪੇਕੇ ਗਈ ਸੀ ਤੇ ਉਦੋਂ ਭੁਲੇਖਿਆਂ ਦਾ ਕਿਤੇ ਉੱਥੇ ਨਾ ਛੱਡ ਆਈ ਹੋਏ। ਵੇ ਮੈਂ ਉਹਨਾਂ ਨੂੰ ਕਿਉਂ ਪੁੱਛਾਂ, ਪੁੱਛੇ ਉਹਨਾਂ ਨੂੰ ਇਹ ਜਿਹੜੀ ਉਹਨਾਂ ਨੂੰ ਚੈਨੀ ਫੜਾ ਕੇ ਆਈ ਆ ਵੀ ਮੇਰੀ ਸੱਸ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਵਾ ਤੇ ਤੁਸੀਂ ਚੁੱਪ ਕਰਕੇ ਤੇ ਸਾਡੀ ਚੈਨੀ ਫੜਾ ਜਾਓ। ਕਿਰਨ, ਹਾਂਜੀ ਨਾ, ਇੱਦਾਂ ਕਰ ਤੂੰ ਨਾ ਇੱਕ ਵਾਰ ਵਿੱਕੇ ਨੂੰ ਫੋਨ ਲਾ ਤੇ ਉਹਨੂੰ ਕਹਿ ਵੀ ਇੱਕ ਵਾਰ ਘਰ ਚੰਗੀ ਤਰ੍ਹਾਂ ਫੋਲੇ, ਹੋ ਸਕਦਾ ਕਈ ਵਾਰ ਬੰਦੇ ਨੂੰ ਭੁਲੇਖਾ ਲੱਗ ਹੀ ਜਾਂਦਾ ਆ ਤੇ ਚੈਨ ਕੀ ਪਤਾ ਉੱਥੇ ਰਹਿ ਗਈ ਹੋਏ। ਚਲੋ ਠੀਕ ਹੈ ਨਾ, ਵਿੱਕੇ ਨੂੰ ਮੈਂ ਕਹਿ ਦਿੰਦੀ ਹਾਂ, ਪਰ ਜਿੱਥੋਂ ਤੱਕ ਮੈਨੂੰ ਯਾਦ ਆਉਂਦਿਆ ਨਾ, ਮੈਂ ਚੈਨ ਇੱਥੇ ਲੈ ਕੇ ਆਈ ਹਾਂ ਤੇ ਇੱਥੇ ਕਿਤੇ ਰੱਖੀ ਆ, ਹੁਣ ਮੈਂ ਰੱਖ ਕੇ ਤੇ ਕਿਤੇ ਭੁੱਲ ਚੁੱਕੀ ਹਾਂ, ਮੈਨੂੰ ਯਾਦ ਨਹੀਂ ਆਉਂਦਿਆ ਮੈਂ ਕਿੱਥੇ ਰੱਖੀ ਆ। ਉਹ ਚੱਲ ਕੋਈ ਗੱਲ ਨਹੀਂ, ਤੂੰ ਉਹਨਾਂ ਨੂੰ ਫੋਨ ਕਰਕੇ ਨਾ ਤੇ ਇੱਕ ਵਾਰ ਆਪਣਾ ਵਹਿਮ ਕੱਢ ਲਾ, ਹੋ ਸਕਦਾ ਚੈਨੀ ਉੱਥੇ ਹੀ ਹੋਏ। ਚਲੋ ਠੀਕ ਹੈ ਨਾ, ਮੈਂ ਹੁਣੇ ਵਿੱਕੇ ਨੂੰ ਲਾਉਂਦੀ ਹਾਂ ਫੋਨ। ਠੀਕ ਆ। ਫੋਨ ਕਿਹਦਾ ਆ ਗਿਆ ਹੁਣ? ਭੈਣ ਦਾ ਫੋਨ। ਹੈਲੋ, ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਵੀਰ, ਹੋਰ ਸੁਣਾ ਕੀ ਹਾਲ ਆ? ਵਧੀਆ ਭੈਣ, ਆਪਣੇ ਤੂੰ ਸੁਣਾ? ਹਾਂ ਵੀਰੇ, ਮੈਂ ਵੀ ਠੀਕ ਹਾਂ। ਠੀਕ ਆ। ਹੋਰ ਫਿਰ ਭੈਣ, ਅੱਜ ਕਿੱਦਾਂ ਫੋਨ ਲਾਇਆ ਵੀਰ ਨੂੰ? ਵੀਰੇ, ਮੈਂ ਤੈਨੂੰ ਤਾਂ ਕਰਕੇ ਫੋਨ ਲਾਇਆ ਵਾਂ, ਤੂੰ ਮੈਨੂੰ ਇਹ ਦੱਸ ਜਦੋਂ ਮੈਂ ਪਿੰਡੋਂ ਆਈ ਹਾਂ, ਭਲਾ ਮੇਰੇ ਗਲੇ ਦੇ ਵਿੱਚ ਚੈਨ ਹੈਗੀ ਸੀ ਨਾ? ਹਾਂ ਭੈਣ, ਚੈਨ ਤੇ ਤੂੰ ਆਪਣੇ ਗਲ 'ਚ ਹੀ ਪਾਈ ਸੀ, ਪਰ ਜਦੋਂ ਘਰੋਂ ਤੁਰਨ ਲੱਗੀ ਹੈ ਨਾ, ਉਦੋਂ ਤੂੰ ਲਾਹ ਕੇ ਆਪਣੇ ਪਰਸ 'ਚ ਪਾ ਲਿਆ ਸੀ ਚੈਨ ਨੂੰ। ਪਰ ਕੀ ਗੱਲ, ਤੂੰ ਮੈਨੂੰ ਇੰਨੀ ਪਰੇਸ਼ਾਨ ਕਾਹਤੋਂ ਲੱਗਣ ਡਈ ਹੈ? ਨਹੀਂ ਵੀਰੇ, ਮੈਂ ਪਰੇਸ਼ਾਨ ਨਹੀਂ ਹੈਗੀ, ਮੈਂ ਤਾਂ ਤੈਨੂੰ ਉੱਦਾਂ ਹੀ ਪੁੱਛਣ ਡਈ ਹਾਂ ਕਿ ਮੈਂ ਆਉਣ ਲੱਗਿਆਂ ਚੈਨੀ ਸੰਭਾਲ ਕੇ ਰੱਖੀ ਸੀ ਨਾ। ਨਹੀਂ ਭੈਣ, ਗੱਲ ਤਾਂ ਕੋਈ ਨਾ ਕੋਈ ਜ਼ਰੂਰ ਹੈਗੀ ਆ, ਤੂੰ ਇੰਨੀ ਪਰੇਸ਼ਾਨ ਕਾਹਤੋਂ ਆ? ਦੱਸ ਮੈਨੂੰ ਗੱਲ ਕੀ ਹੋਈ ਆ? ਵੀਰੇ ਗੱਲ ਕੀ ਹੋਣੀ ਆ, ਮੈਂ ਨਾ ਚੈਨੀ ਰੱਖ ਕੇ ਕਿਤੇ ਭੁੱਲ ਗਈ ਹਾਂ ਅਤੇ ਹੁਣ ਮੈਨੂੰ ਲੱਭਣ ਨਹੀਂ ਡਈ, ਅਤੇ ਮੰਮੀ ਮੈਨੂੰ ਕਹਿਣ ਡਈ ਸੀ ਕਿ ਤੂੰ ਆਪਣੇ ਪੇਕੇ ਫੋਨ ਕਰਕੇ ਪੁੱਛ ਲਾ, ਕੀ ਪਤਾ ਉੱਥੇ ਰਹਿ ਗਈ ਹੋਏ। ਅੱਛਾ ਅੱਛਾ, ਇਹ ਗੱਲ ਆ, ਅਤੇ ਕੋਈ ਗੱਲ ਨਹੀਂ ਭੈਣ, ਤੂੰ ਇੰਨੀ ਪਰੇਸ਼ਾਨ ਨਾ ਹੋ, ਤੂੰ ਇੱਕ ਵਾਰ ਆਪਣੇ ਪਰਸ ਨੂੰ ਧਿਆਨ ਨਾਲ ਫੋਲ, ਉੱਥੇ ਹੀ ਚੈਨੀ ਹੋਣੀ, ਉਹਨੇ ਕਿੱਥੇ ਜਾਣਾ ਵਾ, ਤੈਨੂੰ ਲੱਭ ਜਾਣੀ ਆ। ਚੱਲ ਠੀਕ ਹੈ ਵੀਰ, ਮੈਂ ਹੁਣੇ ਵੇਖਦੀ ਹਾਂ ਜਾ ਕੇ। ਚੰਗਾ ਭੈਣੇ। ਭੈਣੇ, ਤੈਨੂੰ ਕੀ ਲੱਗਦਾ ਮੈਂ ਤੇਰੇ ਫੋਨ ਕਰਨ ਦਾ ਮਤਲਬ ਸਮਝਿਆ ਨਹੀਂ ਆ? ਹੋਏ ਨਾ ਹੋਏ ਮਾਸੀ ਨੂੰ ਤੇ ਸਾਡੇ ਤੇ ਸ਼ੱਕ ਹੋਣਾ ਆ ਕਿ ਚੈਨ ਇਹਨਾਂ ਨੇ ਰੱਖ ਲਈ ਹੋਣੀ ਆ। ਨਹੀਂ ਲੱਗਾ ਕੁਝ ਚੈਨੀ ਦਾ ਪਤਾ ਕਿ ਨਹੀਂ? ਤੂੰ ਤਾਂ ਸਵੇਰ ਦਾ ਮੈਨੂੰ ਚਿੰਤਾ 'ਚ ਪਾ ਕੇ ਰੱਖਿਆ ਵਾ। ਨਹੀਂ ਮੰਮੀ ਜੀ,
ਚੈਨੀ ਦਾ ਕੁਝ ਪਤਾ ਨਹੀਂ ਲੱਗਾ, ਨਾ ਹੀ ਚੈਨੀ ਇੱਥੇ ਆ ਤੇ ਨਾ ਹੀ ਉੱਥੇ ਆ। ਨੀ ਤੂੰ ਝੂਠ ਨਾ ਬੋਲ, ਮੈਨੂੰ ਸਾਰਾ ਪਤਾ ਵੀ ਚੈਨੀ ਤੇਰੇ ਪੇਕੇ ਹੀ ਆ, ਤੂੰ ਉਹਨਾਂ ਨੂੰ ਕਹਿ ਹੀ ਹੋਣੀ ਆ ਵੀ ਚੈਨੀ ਤੁਸੀਂ ਰੱਖ ਲਓ, ਜੇ ਮੇਰੇ ਸਹੁਰੇ ਪੁੱਛਣਗੇ ਤਾਂ ਤੁਸੀਂ ਉਹਨਾਂ ਨੂੰ ਕਹਿ ਦਿਓ ਵੀ ਚੈਨੀ ਗਵਾਚ ਗਈ ਆ। ਮੰਮੀ ਜੀ, ਮੈਂ ਉਹਨਾਂ ਨੂੰ ਚੈਨੀ ਨਹੀਂ ਦੇ ਕੇ ਆਈ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਮੈਂ ਉੱਥੋਂ ਤੁਰਨ ਲੱਗੀ ਹਾਂ ਮੈਂ ਚੈਨੀ ਲਾ ਕੇ ਅਤੇ ਆਪਣੇ ਪਰਸ 'ਚ ਪਾਈ ਸੀ। ਜੇ ਤੂੰ ਪਰਸ 'ਚ ਪਾਈ ਸੀ ਤਾਂ ਫਿਰ ਚੈਨੀ ਗਈ ਕਿੱਥੇ? ਤੂੰ ਐਵੇਂ ਬਹਾਨੇ ਜੇ ਨਾ ਮਾਰ, ਮੈਨੂੰ ਪੱਕਾ ਪਤਾ ਵੀ ਚੈਨੀ ਉੱਥੇ ਆ, ਤੂੰ ਉਹਨਾਂ ਨੂੰ ਕਹਿ ਦੇ ਵੀ ਜਾਂ ਚੈਨੀ ਫੜਾ ਕੇ ਜਾਓ ਅਤੇ ਜਾਂ ਫਿਰ ਤੂੰ ਵੀ ਇੱਥੋਂ ਤੁਰਦੀ ਬਣ। ਮੰਮੀ ਜੀ, ਜਦੋਂ ਚੈਨੀ ਉਹਨਾਂ ਕੋਲ ਹੈ ਹੀ ਨਹੀਂ ਆ ਫਿਰ ਉਹ ਸਾਨੂੰ ਕਿੱਦਾਂ ਦੇ ਕੇ ਜਾਣ? ਨਹੀਂ, ਮੈਨੂੰ ਇਸ ਗੱਲ ਦਾ ਨਹੀਂ ਪਤਾ, ਮੈਨੂੰ ਚੈਨੀ ਚਾਹੀਦੀ ਆ, ਉਹ ਜਿੱਥੋਂ ਮਰਜ਼ੀ ਲਿਆ ਕੇ ਦੇਣ। ਵਿੱਕੇ, ਚੰਗਾ ਕੀਤਾ ਜਿਹੜਾ ਤੂੰ ਭੈਣ ਆਪਣੀ ਨੂੰ ਆਪ ਹੀ ਲੈਣ ਆ ਗਿਆ ਵਾ, ਨਹੀਂ ਤੇ ਮੈਂ ਤੈਨੂੰ ਫੋਨ ਕਰਨ ਹੀ ਲੱਗੀ ਹਾਂ ਵੀ ਤੂੰ ਇਹਨੂੰ ਲੈ ਜਾ ਆਣ ਕੇ। ਵੀਰੇ, ਤੂੰ ਇੱਥੇ ਅਚਾਨਕ ਕਿੱਦਾਂ? ਸਾਰਾ ਕੁਝ ਠੀਕ ਤੇ ਹੈ ਨਾ? ਭੈਣੇ, ਜਦੋਂ ਮੈਂ ਮੰਮੀ ਨੂੰ ਘਰ ਜਾ ਕੇ ਤੇਰੀ ਚੈਨੀ ਗੁਆਚਣ ਵਾਲੀ ਗੱਲ ਦੱਸੀ ਸੀ ਨਾ, ਤੇ ਮੰਮੀ ਕਹਿੰਦੇ ਕਿ ਕੁੜੀ ਦੀ ਸਾਡੇ ਕੋਲ ਆਉਣ ਕਰਕੇ ਚੈਨ ਗੁਆਚੀ ਆ, ਤੇ ਤੂੰ ਇੱਦਾਂ ਕਰ ਜਾ ਕੇ ਮੇਰੀ ਚੈਨ ਕੁੜੀ ਨੂੰ ਫੜਾ ਆ, ਤੇ ਮੈਂ ਤੈਨੂੰ ਚੈਨ ਫੜਾਉਣ ਆਇਆ ਮੰਮੀ ਦੀ, ਤੇ ਆਹ ਲੈ ਫੜ ਤੂੰ ਚੈਨ ਰੱਖ ਲਾ ਹੁਣ। ਨਹੀਂ ਵੀਰੇ, ਮੈਂ ਚੈਨ ਨਹੀਂ ਲੈਣੀ, ਇਹ ਚੈਨੀ ਮੰਮੀ ਦੀ ਆ ਤੇ ਮੰਮੀ ਕੋਲ ਹੀ ਰਹਿਣੀ ਚਾਹੀਦੀ ਹੈ। ਨਹੀਂ, ਕਿਉਂ ਨਹੀਂ ਲੈਣੀ ਚੈਨ ਤੂੰ? ਜੇ ਤੂੰ ਆਪਣੀ ਚੈਨ ਉਹਨਾਂ ਨੂੰ ਫੜਾ ਸਕਦੀ ਆ ਨਾ ਤੇ ਫਿਰ ਤੂੰ ਉਹਨਾਂ ਕੋਲ ਲੈ ਵੀ ਸਕਦੀ ਆ। ਲਿਆਵੇ ਫੜਾ ਇੱਧਰ ਚੈਨ, ਤੁਹਾਨੂੰ ਵੀ ਤਾਂ ਪਤਾ ਲੱਗੇ ਵੀ ਧੀਆਂ ਦੀਆਂ ਚੀਜ਼ਾਂ ਕਿੱਦਾਂ ਦਬੀਦੀਆਂ ਨੇ। ਮੰਮੀ ਜੀ, ਚੀਜ਼ ਆਪਣੀ ਗਵਾਚੀ ਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਦੀ ਚੀਜ਼ ਨੂੰ ਆਪਣੀ ਸਮਝ ਕੇ ਰੱਖ ਲਈਏ। ਨਹੀਂ, ਜੇ ਕੋਈ 150 ਦੀ ਚੀਜ਼ ਹੁੰਦੀ ਤੇ ਮੈਂ ਛੱਡ ਵੀ ਦਿੰਦੀ, ਇਹ ਲੱਖਾਂ ਦੀ ਚੀਜ਼ ਹੈ ਤੇ ਲੱਖਾਂ ਦੀ ਚੀਜ਼ ਮੈਂ ਤੈਨੂੰ ਕਿੱਦਾਂ ਗਵਾਉਣ ਦਿੰਦੀ? ਜਿਹੜੀ ਆਪਾਂ ਚੈਨੀ ਲੱਭਣ ਡਏ ਹਾਂ ਉਹ ਚੈਨੀ ਤੇ ਆਹ ਪਰਸ 'ਚ ਪਈ ਆ, ਇਹ ਇੱਥੇ ਕਿੱਦਾਂ ਆ ਗਈ ਆ? ਨਹੀਂ ਕਿਰਨ। ਹਾਂਜੀ ਮੰਮੀ। ਲੀੜੇ ਕੱਪੜੇ ਸਾਰੇ ਸਾਂਭ ਕੇ ਰੱਖਤੇ ਹੀ ਨਾ? ਹਾਂਜੀ ਮੰਮੀ ਜੀ, ਰੱਖਤੇ ਆ। ਠੀਕ ਆ। ਆਹ ਵੇਖ ਲਾ ਕਿਰਨ ਦਾ ਹਾਲ, ਮੈਨੂੰ ਕਹਿੰਦੀ ਮੈਂ ਸਾਰਾ ਕੁਝ ਸਾਂਭ ਕੇ ਰੱਖਤਾ ਵਾ ਤੇ ਅਲਮਾਰੀ ਦਾ ਦਰਵਾਜ਼ਾ ਖੁੱਲ੍ਹਾ ਛੱਡ ਗਈ ਆ, ਕੋਈ ਕੰਮ ਨਹੀਂ ਇਹ ਚੱਜ ਨਾ ਕਰਦੀ। ਆਹ ਵੇਖ ਲਾ, ਚੈਨੀ ਵਾਲਾ ਪਰਸ ਵੀ ਇੱਥੇ ਹੀ ਪਿਆ ਵਾ। ਚੱਲ ਮੈਂ ਇੱਦਾਂ ਕਰਦੀ ਹਾਂ, ਇਹਨੂੰ ਚੁੱਕ ਕੇ ਤੇ ਆਪਣੀ ਅਲਮਾਰੀ 'ਚ ਰੱਖ ਦਿੰਦੀ ਹਾਂ, ਕਿਤੇ ਗਵਾਚ ਹੀ ਨਾ ਜਾਏ। ਓਹੋ, ਆਹ ਵੇਖ ਲਾ ਮੇਰਾ ਚੇਤਾ, ਮੈਂ ਤਾਂ ਆਪ ਹੀ ਇੱਥੇ ਪਰਸ ਰੱਖ ਕੇ ਭੁੱਲ ਗਈ ਹਾਂ ਅਤੇ ਗੱਲ ਕਿੱਥੋਂ ਦੀ ਕਿੱਥੇ ਪਹੁੰਚ ਗਈ ਆ। ਮੈਂ ਹੁਣੇ ਜਾ ਕੇ ਵਿੱਕੇ ਨੂੰ ਚੈਨੀ ਵਾਪਸ ਕਰਕੇ ਆਉਂਦੀ ਹਾਂ। ਆਲੇ ਫੜ ਵਿੱਕੇ ਪੁੱਤ ਚੈਨੀ ਆਪਣੀ, ਸਾਨੂੰ ਨਹੀਂ ਇਹ ਚਾਹੀਦੀ ਹੁਣ। ਕੀ ਗੱਲ ਮਾਸੀ ਜੀ, ਹੁਣੇ ਤਾਂ ਤੁਸੀਂ ਕਹਿਣ ਡੇ ਸੀ ਕਿ ਮੈਨੂੰ ਚੈਨੀ ਦੇ ਬਦਲੇ ਚੈਨੀ ਚਾਹੀਦੀ ਆ, ਤੇ ਹੁਣ ਤੁਸੀਂ ਚੈਨੀ ਰੱਖਣ ਤੋਂ ਜਵਾਬ ਦੇਈ ਜਾਣ ਡੇ ਜੇ। ਪੁੱਤ, ਜਵਾਬ ਮੈਂ ਤਾਂ ਦੇਣ ਡਈ ਹਾਂ ਕਿਉਂਕਿ ਸਾਡੀ ਚੈਨੀ ਹੁਣ ਲੱਭ ਗਈ ਆ। ਮੰਮੀ ਜੀ, ਚੈਨੀ ਲੱਭ ਗਈ ਆ? ਮੈਂ ਤਾਂ ਘਰ ਦਾ ਕੋਨਾ ਕੋਨਾ ਫੋਲਤਾ ਸੀ, ਮੈਨੂੰ ਤਾਂ ਕਿਤੇ ਲੱਭੀ ਨਹੀਂ, ਤੁਹਾਨੂੰ ਕਿੱਥੋਂ ਲੱਭ ਗਈ ਆ? ਕਿਰਨ ਪੁੱਤ, ਯਾਦ ਕਰ ਜਦੋਂ ਤੂੰ ਆਪਣੇ ਪੇਕਿਆਂ ਤੋਂ ਆਈ ਆ ਨਾ, ਮੈਂ ਤੈਨੂੰ ਪੁੱਛਿਆ ਸੀ ਵੀ ਸਾਰਾ ਕੁਝ ਸਾਂਭ ਲਿਆ ਏ, ਤੇ ਤੂੰ ਆਖਿਆ ਹਾਂ ਮੰਮੀ ਜੀ ਸਾਂਭ ਲਿਆ ਏ, ਤੇ ਮੈਂ ਉਦੋਂ ਅਚਾਨਕ ਤੁਹਾਡੇ ਕਮਰੇ ਦੇ ਕੋਲੋਂ ਦੀ ਲੰਘੀ ਹਾਂ ਤੇ ਅਲਮਾਰੀ ਤੁਹਾਡੀ ਖੁੱਲ੍ਹੀ ਸੀ, ਉਹਨੂੰ ਤਾਲਾ ਵੀ ਨਹੀਂ ਲੱਗਾ, ਤੇ ਚੈਨੀ ਵਾਲਾ ਪਰਸ ਉੱਥੇ ਇੱਦਾਂ ਹੀ ਪਿਆ ਸੀ, ਤੇ ਮੈਂ ਉਹਨੂੰ ਚੁੱਕ ਕੇ ਆਪਣੀ ਅਲਮਾਰੀ 'ਚ ਰੱਖ ਲਿਆ
ਵੀ ਕਿਤੇ ਗਵਾਚ ਨਾ ਜਾਵੇ ਅਤੇ ਤੈਨੂੰ ਮੈਂ ਦੱਸਣਾ ਭੁੱਲ ਗਈ। ਅਤੇ ਹੁਣ ਜਦੋਂ ਮੈਂ ਆਹ ਚੈਨੀ ਜਾ ਕੇ ਪਰਸ ਦੇ ਵਿੱਚ ਰੱਖਣ ਲੱਗੀ ਨਾ ਅਤੇ ਤੇਰੇ ਵਾਲੀ ਚੈਨੀ ਤਾਂ ਪਹਿਲਾਂ ਹੀ ਉੱਥੇ ਪਈ ਅਤੇ ਫਿਰ ਮੈਨੂੰ ਯਾਦ ਆਇਆ ਵੀ ਇਹ ਪਰਸ ਤਾਂ ਮੈਂ ਆਪ ਹੀ ਲਿਆ ਕੇ ਰੱਖਿਆ ਸੀ ਇੱਥੇ। ਪਤਾ ਨਹੀਂ ਮੈਂ ਐਡੀ ਵੱਡੀ ਗਲਤੀ ਕਿਸ ਤਰ੍ਹਾਂ ਕਰ ਲਈ ਜਿਹੜੀ ਮੈਂ ਚੀਜ਼ ਰੱਖ ਕੇ ਭੁੱਲ ਗਈ। ਵੇਖ ਲਓ ਮੰਮੀ ਜੀ, ਗਲਤੀ ਤੁਸੀਂ ਆਪ ਕੀਤੀ ਆ ਅਤੇ ਚੋਰ ਤੁਸੀਂ ਮੇਰੇ ਪੇਕੇ ਨੂੰ ਬਣਾ ਕੇ ਰੱਖਤਾ ਵਾ। ਚੱਲ ਕੋਈ ਗੱਲ ਨਹੀਂ ਭੈਣੇ, ਮਾਸੀ ਜੀ ਨੂੰ ਚੈਨੀ ਲੱਭ ਗਈ ਆ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ। ਬਾਕੀ ਮਾਸੀ ਜੀ, ਛੋਟਾ ਮੂੰਹ ਤੇ ਵੱਡੀ ਗੱਲ ਕਹਿਣ ਲੱਗਾ ਆ ਮੈਂ, ਜੇ ਧੀ ਦੇ ਮਾਪੇ ਉਹਨੂੰ ਕੁਝ ਦੇ ਨਹੀਂ ਨਾ ਸਕਦੇ ਤੇ ਉਹਦੇ ਕੋਲ ਕੁਝ ਲੈਂਦੇ ਵੀ ਨਹੀਂ ਆ। ਹਾਂਜੀ ਮੰਮੀ ਜੀ, ਵਿਕਾਸ ਸਹੀ ਗੱਲ ਕਹਿਣ ਡਿਆ ਵਾ, ਤੁਸੀਂ ਕਿਤੇ ਨਾ ਕਿਤੇ ਇਹਨਾਂ ਤੇ ਚੋਰੀ ਦਾ ਇਲਜ਼ਾਮ ਲਾ ਕੇ ਨਾ ਇਹਨਾਂ ਦੀ ਬੇਇੱਜ਼ਤੀ ਕੀਤੀ ਆ। ਵੇਖ ਪੁੱਤ, ਜੋ ਕੁਝ ਵੀ ਹੋਇਆ ਇਹ ਭੁਲੇਖੋ ਭੁਲੇਖੀ ਹੋਇਆ ਵਾ, ਇਹਦੇ ਵਿੱਚ ਮੇਰਾ ਵੀ ਕੀ ਕਸੂਰ ਆ? ਹਾਂ ਭੈਣੇ, ਮਾਸੀ ਸਹੀ ਕਹਿਣ ਡਈ ਆ, ਜੋ ਕੁਝ ਵੀ ਹੋਇਆ ਨਾ ਹੋਇਆ ਤੇ ਭੁਲੇਖੋ ਭੁਲੇਖੀ ਆ। ਚੱਲ ਚੈਨੀ ਲੱਭ ਗਈ ਤੇ ਗੱਲ ਖਤਮ, ਹੁਣ ਮੈਂ ਵੀ ਚੱਲਦਾ ਆ। ਨਾ ਪੁੱਤ, ਇੱਦਾਂ ਕਿੱਦਾਂ ਚੱਲ ਜਾਏਗਾ ਤੂੰ? ਤੂੰ ਹੁਣ ਚਾਹ ਪਾਣੀ ਪੀ ਕੇ ਜਾਈ। ਕਿਰਨ ਪੁੱਤ, ਜਾ ਕੇ ਭਰਾ ਆਪਣੇ ਵਾਸਤੇ ਚਾਹ ਪਾਣੀ ਬਣਾ ਤੇ ਨਵ ਨੂੰ ਫੋਨ ਕਰਦੇ ਵੀ ਚਾਹ ਨਾ ਖਾਣ ਵਾਸਤੇ ਕੁਝ ਲੈ ਆਈ। ਚਲੋ ਠੀਕ ਹੈ ਮੰਮੀ ਜੀ। ਆਹ ਲੈ ਵਿੱਕੇ ਪੁੱਤ, ਫੜ ਚੈਨੀ ਤੇ ਇਹਨੂੰ ਹੁਣ ਤੂੰ ਸਾਂਭ ਕੇ ਰੱਖ ਲਾ। ਠੀਕ ਹੈ ਮਾਸੀ ਜੀ। ਹਾਂਜੀ ਦੋਸਤੋ, ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ, ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਅਤੇ ਜੇਕਰ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਅਤੇ ਜੇਕਰ ਵੀਡੀਓ ਨੂੰ ਫੇਸਬੁੱਕ 'ਤੇ ਦੇਖ ਰਹੇ ਜੇ ਤਾਂ ਸਾਡੇ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰਕੇ ਜਾਇਓ। ਅਤੇ ਚਲੋ ਠੀਕ ਹੈ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ। ਜਲਦੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ ਜੀ ਸਾਰਿਆਂ ਦਾ।